ਇਹ ਖਬਰ ਉਹਨਾਂ ਸਟੂਡੈਂਟਸ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਜੋ ਕੈਨੇਡਾ ਜਾਣਾ ਚਾਹੁੰਦੇ ਆ ਜਾਂ ਫਿਰ ਕੈਨੇਡਾ ਦੇ ਵਿੱਚ ਆਲਰੇਡੀ ਜਾ ਚੁੱਕੇ ਆ ਜਾਂ ਫਿਰ ਉਹਨਾਂ ਦੇ ਮਾਪਿਆਂ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਆ ਕਿਉਂਕਿ ਬੱਚਿਆਂ ਕੋਲ ਇਹਨਾਂ ਟਾਈਮ ਨਹੀਂ ਹੁੰਦਾ ਕਿ ਉਹ ਉਸ ਨਿਊਜ਼ ਨੂੰ ਇਸ ਚੈਨਲ ਨੂੰ ਦੇਖ ਪਾਉਣ ਪਰ ਆਪਾਂ ਮਾਪੇ ਉਸ ਚੈਨਲ ਨੂੰ ਜਾਂ ਇਸ ਨਿਊਜ਼ ਨੂੰ ਦੇਖ ਕੇ ਆਪਣੇ ਬੱਚਿਆਂ ਨੂੰ ਜ਼ਰੂਰ ਅਵੇਅਰ ਕਰ ਸਕਦੇ ਆ ਚਾਹੇ ਉਹ ਇੰਡੀਆ 'ਚ ਆ ਚਾਹੇ ਉਹ ਕੈਨੇਡਾ 'ਚ ਸਪੈਸ਼ਲ ਇਹ ਨਿਊਜ਼ ਉਹਨਾਂ ਲੋਕਾਂ ਲਈ ਆ ਉਹਨਾਂ ਬੱਚਿਆਂ ਲਈ ਆ ਜੋ ਕੈਨੇਡਾ ਤੋਂ ਇੰਡੀਆ ਦੇ ਵਿੱਚ ਮੂਵ ਹੁੰਦੇ ਜਾਂ ਫਿਰ ਕੈਨੇਡਾ ਤੋਂ ਇੰਡੀਆ ਦੇ ਵਿੱਚ 10 ਦਿਨ ਲਈ 5 ਦਿਨ ਲਈ ਜਾਂ ਫਿਰ 1 ਮਹੀਨੇ ਲਈ ਆਉਂਦੇ ਹਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਰਿਕਵੈਸਟ ਹੈ ਤੁਹਾਡੇ ਸਾਰੇ ਪੰਜਾਬੀਆਂ ਤੱਕ ਭੈਣ ਭਰਾਵਾਂ ਤੱਕ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਜਰੂਰ ਲਾਈਕ ਕਰਿਓ ਕਿਉਂਕਿ ਤੁਹਾਡੇ ਲਾਈਕ ਕਰਨਾ ਸਾਨੂੰ ਕਾਫੀ ਇਹ ਮੋਟੀਵੇਸ਼ਨ ਮਿਲਦੀ ਹੈ ਤੇ ਤੁਹਾਡੇ ਸਬਸਕ੍ਰਾਈਬ ਕਰਨ ਦਾ ਫਾਇਦਾ ਇਹ ਹੈ ਜੀ ਤੁਹਾਡੇ ਤੱਕ ਨਵੀਂ ਤੋਂ ਨਵੀਂ ਅਪਡੇਟ ਪਹੁੰਚਦੀ ਰਹਿੰਦੀ ਹੈ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਆਪਾਂ ਨੂੰ ਮਿਲੀ ਹੈ ਜੀ ਹਮੇਸ਼ਾ ਹੀ ਆਪਣੇ ਜੋ ਕੈਨੇਡਾ ਦੇ ਵਿੱਚ ਸਟੂਡੈਂਟ ਵੀਜ਼ੇ ਤੇ ਜਾ ਵਿਜ਼ੇ ਦੇ ਉੱਤੇ ਕੈਨੇਡਾ ਦੇ ਵਿੱਚ ਉਹ ਸਟੱਡੀ ਕਰ ਰਹੇ ਆਪਣੀ ਫਰਦਰ ਸਟੱਡੀ ਨੂੰ ਕੰਟੀਨਿਊ ਕਰਦੇ ਆ ਤੇ ਵਿੱਚ ਸਟੱਡੀ ਦੇ ਉਹ ਛੱਡ ਕੇ 5 ਦਿਨ ਲਈ ਜਾਂ ਫਿਰ 10 ਦਿਨ ਲਈ ਜਾਂ ਫਿਰ 1 ਮਹੀਨੇ ਲਈ ਉਹ ਇੰਡੀਆ ਆਉਂਦੇ ਆ ਘੁੰਮਣ ਫਿਰਨ ਲਈ ਆਉਂਦੇ ਆ ਜਾਂ ਫਿਰ ਕੋਈ ਫੰਕਸ਼ਨ اٹینڈ ਕਰਨ ਲਈ ਆਉਂਦੇ ਆ ਜਾਂ ਫਿਰ ਆਪਣੇ ਪੇਰੈਂਟਸ ਨੂੰ ਉਹ ਮਿਲਣ ਆਉਂਦੇ ਆ ਪਰ ਜਦੋਂ ਉਹ ਇੱਥੋਂ ਵਾਪਸ ਜਾਂਦੇ ਆ ਕੈਨੇਡਾ ਇਮੀਗ੍ਰੇਸ਼ਨ ਵੱਲੋਂ ਉਹਨਾਂ ਨੂੰ ਇੱਕ ਵੱਡੇ ਸਵਾਲ ਕੀਤੇ ਜਾਂਦੇ ਆ ਵੱਡੇ ਸਵਾਲ ਇਸ ਲਈ ਕਿ ਉਹਨਾਂ ਨੂੰ ਫੰਡਾਂ ਦੇ ਵਿੱਚ ਪ੍ਰੋਬਲਮ ਆਉਂਦੀ ਆ ਮਤਲਬ ਕਿ ਉਹਨਾਂ ਦੀ ਫਾਈਨੈਂਸ਼ੀਅਲ ਪ੍ਰੋਬਲਮ ਉਹਨਾਂ ਨੂੰ ਦੇਖਣ ਨੂੰ ਮਿਲਦੀ ਆ ਜਦੋਂ ਉਹ ਇੰਡੀਆ ਤੋਂ ਵਾਪਸ ਕੈਨੇਡਾ ਮੂਵ ਕਰਦੇ ਆ ਤੇ ਉੱਥੇ ਜਾ ਕੇ ਕੈਨੇਡਾ ਇਮੀਗ੍ਰੇਸ਼ਨੋਂ ਤੋਂ ਇੱਕ ਰੀਜ਼ਨ ਪੁੱਛਦੀ ਆ ਕਿ ਤੁਸੀਂ ਹੁਣ ਵਾਪਸ ਕਿਉਂ ਤੇ ਉੱਥੇ ਆਪਣੇ ਜਿੰਨੇ ਵੀ ਭੈਣ ਭਾਈ ਜਾਂ ਫਿਰ ਬੱਚੇ ਆ ਉਹ ਇੱਕ ਹੀ ਰੀਜ਼ਨ ਦੱਸਦੇ ਆ ਕਿ ਇੰਡੀਆ ਦੇ ਵਿੱਚ ਮੈਂ ਸੇਫ ਨਹੀਂ ਆ ਜਾਂ ਫਿਰ ਇੰਡੀਆ ਦੇ ਵਿੱਚ ਮੈਨੂੰ ਕੋਈ ਖਤਰਾ ਹੈ ਜਾਂ ਫਿਰ ਇੰਡੀਆ ਦੇ ਵਿੱਚ ਮੈਨੂੰ ਕੋਈ ਕੋਈ ਇਸ਼ੂ ਹੈ ਇਸ ਤਰੀਕੇ ਦੀ ਉਹ ਅਪਡੇਟ ਕੈਨੇਡੀਅਨ ਇਮੀਗ੍ਰੇਸ਼ਨ ਨੂੰ ਪ੍ਰੋਵਾਈਡ ਕਰਦੇ ਆ ਬਟ ਕੈਨੇਡੀਅਨ ਇਮੀਗ੍ਰੇਸ਼ਨ ਇਸ ਦੇ ਉੱਤੇ ਕੋਈ ਵੀ ਸੋਲੂਸ਼ਨ ਨਹੀਂ ਕਰਦੀ ਮਤਲਬ ਕਿ ਉਹਨਾਂ ਦੀ ਕੋਈ ਸੁਣਵਾਈ ਨਹੀਂ ਕਰਦੀ ਤੇ ਉਹਨਾਂ ਨੂੰ ਫਰਦਰ ਸਟਡੀ ਕੰਟੀਨਿਊ ਨਹੀਂ ਕਰ ਪਾਉਂਦੇ ਮਤਲਬ ਕਿ ਸਟੂਡੈਂਟ ਦਾ ਉਹਨਾਂ ਗੈਪ ਆ ਜਾਂਦਾ ਹੈ ਉਹ ਫਰਦਰ ਸਟਡੀ ਕੰਪਲੀਟ ਨਹੀਂ ਕਰ ਪਾਉਂਦਾ ਬਟ ਕੈਨੇਡਾ ਹੁਣ ਉਹਨਾਂ ਬੱਚਿਆਂ ਨੂੰ ਡਿਪੋਰਟ ਕਰਨ ਦੀ ਤਿਆਰੀ ਵਿੱਚ ਆ ਮਤਲਬ ਕੀ ਕੈਨੇਡਾ ਉਹਨਾਂ ਬੱਚਿਆਂ ਨੂੰ ਡਿਪੋਰਟ ਕਰੇਗਾ ਜੋ ਫਰਦਰ ਸਟੱਡੀ ਨਹੀਂ ਕਰ ਪਾਉਂਦੇ ਸਟੱਡੀ ਛੱਡ ਕੇ ਇੰਡੀਆ ਆਉਂਦੇ ਆ 5 5 ਦਿਨ ਲਈ 10 ਦਿਨ ਲਈ ਜਾਂ ਫਿਰ 1 ਮਹੀਨੇ ਲਈ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਨਿਕਲ ਕੇ ਆਈ ਹੈ ਜੇ ਤੁਹਾਡੇ ਬੱਚੇ ਫਰਦਰ ਸਟੱਡੀ ਕਰ ਰਹੇ ਆ ਉਹ ਛੱਡ ਕੇ ਕੈਨੇਡਾ ਤੋਂ ਇੰਡੀਆ ਆਉਣਾ ਚਾਹੁੰਦੇ ਆ 5 ਦਿਨ ਲਈ 10 ਦਿਨ ਲਈ ਤਾਂ ਉਹਨਾਂ ਨੂੰ ਰੋਕ ਦਿੱਤਾ ਜਾਵੇ ਸਾਡੇ ਵੱਲ ਉਹ ਪਰਸਨਲ ਐਡਵਾਈਸ ਹੈ ਸੱਤੇ ਪਾਸ਼ਾ ਵਾਹਿਗੁਰੂ ਦੀ ਕਰਪਾਣਾ ਆਪਾਂ ਚਾਹੁੰਦੇ ਕਿ ਇਹਦਾ ਨੁਕਸਾਨ ਨਾ ਹੋਵੇ ਪਰ ਜੇ ਤੁਸੀਂ ਨੁਕਸਾਨ ਖੁਦ ਕਰਨਾ ਚਾਹੁੰਦੇ ਆ ਤਾਂ ਉਹ ਤੁਹਾਡੀ ਮਰਜ਼ੀ ਆ ਹੋਰ ਜਾਣਕਾਰੀ ਸਬਸਕ੍ਰਾਈਬ ਕਰਿਓ ਜੇ ਬੱਚੇ ਆ ਰਹੇ ਹਨ ਉਹਨੂੰ ਰੋਕ